ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ। ਉਮੀਦ ਕਰਦੀ ਹਾਂ ਦੋਸਤੋ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜੀ। ਦੋਸਤੋ ਅੱਜ ਆਪਾਂ ਕੋਈ ਮਾਰਕੀਟ ਦਾ ਬਲੌਗ ਨਹੀਂ ਆਪਣਾ ਪਾ ਰਹੇ ਹਾਂ। ਅੱਜ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਉਹਨਾਂ ਨੂੰ ਜਿਹੜੇ ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਯੂਟਿਊਬ ਤੇ ਨਾ ਵੀਡੀਓ ਪਾ, ਨਾ ਵੀਡੀਓ ਪਾ, ਨਾ ਵੀਡੀਓ ਪਾ। ਕਈਆਂ ਨੇ ਮੈਨੂੰ ਬਹੁਤ ਕਿਹਾ ਇੱਦਾਂ ਕਿ ਨਾ ਵੀਡੀਓ ਪਾ, ਬਟ ਕਈਆਂ ਨੇ ਬਹੁਤ ਜ਼ਿਆਦਾ ਐਪਰੀਸ਼ੀਏਟ ਵੀ ਕੀਤਾ ਕਿ ਵੀਡੀਓ ਪਾਓ ਯੂਟਿਊਬ ਤੇ। ਇਹ ਉਹਨਾਂ ਵਾਸਤੇ ਸਪੈਸ਼ਲ ਮੈਸੇਜ ਹੈ। ਯੂਟਿਊਬ ਦੇ ਹੁਣ ਲੱਗ ਗਏ ਜੀ ਡਾਲਰ ਵੀ ਬਣਨ, ਯੂਟਿਊਬ ਦੀ ਹੁਣ ਪੇਮੈਂਟ ਵੀ ਆਏਗੀ। ਤੇ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਕੰਮ ਆਪਣੇ ਘਰ ਵਿੱਚ ਰਹਿ ਕੇ ਕਰ ਰਹੇ ਹਾਂ, ਸਾਨੂੰ ਬਾਹਰ ਜਾ ਕੇ ਕਿਤੇ ਕੰਮ ਨਹੀਂ ਕਰਨਾ ਪੈ ਰਿਹਾ। ਆਪਣੇ ਬੱਚੇ ਵੀ ਸੰਭਾਲਣੇ ਹੁੰਦੇ, ਪੂਰਾ ਘਰ ਵੀ ਦੇਖਣਾ ਹੁੰਦਾ, ਆਪਣੇ ਘਰ ਵਾਲੇ ਨੂੰ ਵੀ ਦੇਖਣਾ ਹੁੰਦਾ, ਸਾਰਾ ਕੰਮ ਉਹੀ ਹੈ ਨਾ ਲੇਡੀਜ਼ ਦਾ ਹੁੰਦਾ ਕਿ ਲੇਡੀਜ਼ ਕਿਤੇ ਬਾਹਰ ਜਾ ਕੇ ਕੰਮ ਕਰਦੀਆਂ ਨੇ, ਪਿੱਛੇ ਸਾਰਾ ਘਰ ਦਾ ਸਾਡਾ ਸਿਸਟਮ ਖਰਾਬ ਹੋ ਜਾਂਦਾ। ਸਵੇਰੇ ਜਲਦੀ ਉੱਠਣਾ, ਮੰਨ ਲਓ ਜੋਬ ਤੇ ਜਾਣਾ, ਜਲਦੀ ਉੱਠਣਾ, ਬੱਚੇ ਤਿਆਰ ਕਰਨੇ, ਫਿਰ ਬੱਚੇ ਸਕੂਲੋਂ, ਮੀਨਸ ਸਾਰਾ ਜਿਹੜੀ ਲੇਡੀਜ਼ ਬਾਹਰ ਜੋਬ ਕਰਦੀਆਂ। ਬਟ ਨਹੀਂ, ਮੈਂ ਘਰ ਰਹਿ ਕੇ ਹੀ ਕੰਮ ਕੀਤਾ, ਹੁਣ ਡਾਲਰ ਵੀ ਲੱਗ ਗਏ ਵੰਡ ਤੇ ਪੇਮੈਂਟ ਵੀ ਆਵੇਗੀ ਜ਼ਰੂਰ। ਜਦੋਂ ਆਵੇਗੀ ਤੁਹਾਨੂੰ ਦੱਸਾਂਗੀ ਜ਼ਰੂਰ ਕਿ ਕਿੰਨੀ ਪੇਮੈਂਟ ਆਈ। ਤਾਂ ਇਸ ਲਈ ਜੋ ਵੀ ਕੰਮ ਲੇਡੀਜ਼ ਕਰਦੀਆਂ ਹੈ ਨਾ ਯੂਟਿਊਬ ਤੇ, ਸੋਸ਼ਲ ਮੀਡੀਆ ਤੇ, ਉਹਨਾਂ ਨੂੰ ਨਾ ਉਹਦੀਆਂ ਲੱਤਾਂ ਨਾ ਖਿੱਚਿਆ ਕਰੋ ਕਿ ਜੀ ਸਾਡੀ ਬੇਇੱਜ਼ਤੀ ਹੁੰਦੀ, ਸਾਡਾ ਆਹ ਏਦਾਂ ਦੇ ਕਿਆ ਕੰਮ ਕਰਦੀ, ਤੂੰ ਕਿਆ ਦਿਖਾਉਂਦੀ ਘਰ ਦਾ, ਕਿਆ ਹੁੰਦਾ ਇਹ। ਇਹ ਉਹਨਾਂ ਵਾਸਤੇ ਸਪੈਸ਼ਲ ਵੀਡੀਓ ਹੈ ਇਹ। ਜਦ ਮੇਰਾ ਘਰ ਵਾਲਾ ਮੇਰੇ ਨਾਲ ਹੈ, ਜਦ ਮੈਨੂੰ ਪਤਾ ਮੈਂ ਕੁਛ ਗਲਤ ਨਹੀਂ ਕਰ ਰਹੀ, ਤਾਂ ਤੁਸੀਂ ਕੌਣ ਹੁੰਦੇ ਹੋ ਬੋਲਣ ਵਾਲੇ? ਆਪਣੇ ਅਸੀਂ ਬੱਚੇ ਵੀ ਦੇਖਦੇ ਹਾਂ, ਬੱਚੇ ਸਕੂਲੋਂ ਲੈ ਕੇ ਆਉਂਦੇ, ਉਹਨਾਂ ਦੀ ਪੜ੍ਹਾਈ ਵੀ ਦੇਖਣੀ, ਸਾਰਾ ਕੰਮ ਵੀ ਦੇਖਣਾ, ਤੇ ਵੀਡੀਓ ਬਣਾਉਣਾ ਕੋਈ ਸੌਖਾ ਕੰਮ ਨਹੀਂ ਹੈ। ਮਾਰਕੀਟ ਵਿੱਚ ਜਾਣਾ ਪੈਂਦਾ, ਵੀਡੀਓ ਬਣਾਉਣੀਆਂ ਪੈਂਦੀਆਂ, ਐਡਿਟ ਕਰਨੀਆਂ ਪੈਂਦੀਆਂ, ਅਪਲੋਡ ਕਰਨੀਆਂ ਪੈਂਦੀਆਂ, ਟਾਈਟਲ ਲਾਣੇ ਪੈਂਦੇ, ਉਹਨਾਂ ਦੀਆਂ ਸਾਰਾ ਥੰਬਨੇਲ ਲਾਣੇ ਪੈਂਦੇ, ਬਹੁਤ ਇਹ ਵੀ ਵੱਡਾ ਕੰਮ ਹੈ, ਇਹ ਵੀ ਇੱਕ ਤਰ੍ਹਾਂ ਨਾਲ ਨੌਕਰੀ ਹੋਈ ਹੈ ਸਾਡੀ। ਤੇ ਜਿਹੜੇ ਕਹਿੰਦੇ ਹੁੰਦੇ ਸੀ ਨਾ ਕਿ ਯੂਟਿਊਬ ਤੇ ਨਾ ਵੀਡੀਓ ਪਾ, ਨਾ ਵੀਡੀਓ ਪਾ, ਉਹਨਾਂ ਵਾਸਤੇ ਸਪੈਸ਼ਲ ਵੀਡੀਓ ਹੈ। ਲੱਗ ਗਿਆ ਹੁਣ ਡਾਲਰ ਬਣਨ, ਜਦੋਂ ਪੇਮੈਂਟ ਆਵੇਗੀ ਨਾ ਦੱਸਾਂਗੀ ਜ਼ਰੂਰ ਤੁਹਾਨੂੰ। ਇਸ ਤਰ੍ਹਾਂ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਨ੍ਹਾਂ ਦੀਆਂ ਘਰ ਵਾਲੀਆਂ ਕੰਮ ਕਰਦੀਆਂ ਹੈ ਨਾ ਸੋਸ਼ਲ ਹੈ ਨਾ ਯੂਟਿਊਬ ਤੇ, ਉਹਨਾਂ ਨੂੰ ਕਰਨ ਦਿਆ ਕਰੋ, ਬਸ ਕੰਮ ਗਲਤ ਨਹੀਂ ਹੋਣਾ ਚਾਹੀਦਾ, ਸਪੋਰਟ ਕਰਿਆ ਕਰੋ ਉਹਨਾਂ ਦੀ। ਆਪਣੇ ਘਰ ਵਿੱਚ ਵੀ ਰਹਿੰਦੀਆਂ ਨੇ ਤੇ ਘਰ ਦਾ ਕੰਮ ਵੀ ਸਾਂਭਦੀਆਂ ਨੇ। ਤਾਂ ਵੀਡੀਓ ਤੁਹਾਨੂੰ ਪਸੰਦ ਆਈ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਆਪਣੇ ਕਮੈਂਟ ਨੀਚੇ ਕਮੈਂਟ ਬਾਕਸਾਂ ਵਿੱਚ ਜ਼ਰੂਰ ਪਾਇਓ ਜੀ। ਇਹ ਮੇਰੀ ਸਪੈਸ਼ਲ ਵੀਡੀਓ ਉਹਨਾਂ ਨੂੰ ਸੀਗੀ ਜਿਹੜੇ ਕਹਿੰਦੇ ਸੀ ਨਾ ਕਿ ਯੂਟਿਊਬ ਤੇ ਨਾ ਵੀਡੀਓ ਪਾ, ਨਾ ਵੀਡੀਓ ਪਾ। ਬਥੇਰਿਆਂ ਨੇ ਕਿਹਾ ਮੈਨੂੰ, ਬਟ ਨਹੀਂ, ਹਿੰਮਤ ਨਹੀਂ ਹਾਰੀ ਉਸ ਅਕਾਲ ਪੁਰਖ ਮਾਲਕ ਤੇ ਭਰੋਸਾ ਸੀਗਾ ਕਿ ਇੱਕ ਨਾ ਇੱਕ ਦਿਨ ਕਾਮਯਾਬੀ ਜ਼ਰੂਰ ਮਿਲੇਗੀ, ਤੇ ਉਹ ਮੈਨੂੰ ਅੱਜ ਮਿਲ ਗਈ ਹੈ। ਜਿਸ ਦਿਨ ਹੁਣ ਡਾਲਰ ਡਾਲਰ ਤਾਂ ਲੱਗ ਗਏ ਛਪਣ, ਜਿਸ ਦਿਨ ਇੰਡੀਅਨ ਪੈਸੇ ਵਿੱਚ ਹੋ ਜਾਣੇ ਨਾ ਉਹ ਕਨਵਰਟ, ਉਸ ਦਿਨ ਤੁਹਾਨੂੰ ਦੱਸਾਂਗੇ ਜ਼ਰੂਰ। ਚਲੋ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਦੇ ਆ, ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।